ਖਾਨੇ ਦੇ ਵਿੱਚ ਹਰ ਸਾਲ ਨਾ ਆਵੇ ਤਾਂ ਮੇਰਾ ਨਾਂ ਬਦਲਾ ਦਿਓ। ਅਸੀਂ ਜਿਹੜੀ ਗੱਲ ਕਹਿੰਦੇ ਹਾਂ ਉਹ ਨਾ ਸੁਣਨ ਨਾ ਮੰਨਣ, ਆਪਦੀਆਂ ਗੱਪ ਜੇ ਮਾਰ ਕੇ ਆਪਦੀਆਂ ਨਿੱਤ ਨਵੀਆਂ ਫਿਗਰਾਂ ਜੀਆਂ ਦੇ ਕੇ ਉੱਠ ਕੇ ਪਾਰ ਜਾਂਦੇ ਨੇ। ਜੇ ਇੰਨੇ ਹੀ ਹਾਲਾਤ ਵਧੀਆ ਨੇ ਇਕੋਨਮੀ ਦੇ, ਅਤੇ ਕੱਲ੍ਹ ਇੱਕ ਨਵਾਂ ਕਾਨੂੰਨ ਬਣਾਇਆ ਵੀ ਜਿਹੜਾ FRBM ਐਕਟ ਹੈ ਉਹਦੇ ਅਗੇਂਸਟ ਜਾ ਕੇ 928 ਕਰੋੜ ਰੁਪਏ ਕਰਜ਼ਾ ਚੱਕਣਾ। ਬਈ ਜੇ ਤੁਸੀਂ ਇੰਨੇ ਤੁਹਾਡੀ ਇਕੋਨਮੀ ਟਰੈਕ 'ਤੇ ਆ ਗਈ ਅਤੇ ਫਿਰ ਉਹ ਚੱਕਰ ਲੱਗੇ ਹੋਏ ਹੋ। ਸੋ ਸਿਰਫ ਔਰ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨੇ। ਮਨਪ੍ਰੀਤ ਬਾਦਲ ਆਪਦੇ ਬਜਟ ਦੇ ਵਿੱਚ ਆਪ ਮੰਨੇ ਨੇ ਵੀ 1,95,000 ਕਰੋੜ ਜਿਹੜਾ ਕਰਜ਼ਾ 17-18 ਦੇ ਵਿੱਚ ਸੀਗਾ ਉਹ 22-23 ਦੇ ਵਿੱਚ ਵੱਧ ਕੇ 2,91,000 ਕਰੋੜ ਹੋ ਜਾਣਾ 5 ਸਾਲਾਂ ਦੇ ਵਿੱਚ। ਭਾਈ ਸਾਹਿਬ 97,000 ਕਰੋੜ ਚੜ੍ਹਾ ਦੇ ਰਹੇ। ਸੁਣੋ ਸੁਣੋ ਸੁਣੋ, ਅਕਾਲੀ ਦਲ ਵੇਲੇ 10 ਸਾਲਾਂ 'ਚ 1,30,000 ਕਰੋੜ ਚੜ੍ਹਿਆ ਸੀਗਾ, ਇਹਨਾਂ ਨੇ 1 ਸਾਲ 'ਚ 97,000 ਕਰੋੜ ਚੜ੍ਹਾ ਦੇਣਾ। ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ? ਸੋ ਇਹ ਸਾਰੀ ਰਿਡੀਕੁਲਸ ਗੱਲਾਂ ਨੇ। ਪੰਜਾਬ ਦੇ ਯੁਵਾ ਜਿਹੜੇ ਲਗਾਤਾਰ ਉਹ ਸਮਾਰਟਫੋਨ ਦੀ ਜਿਹੜੀ ਹੈ ਉਡੀਕ ਕਰ ਰਹੇ ਨੇ, ਅਤੇ ਇੱਥੇ ਜਿਹੜੇ CM ਕੈਪਟਨ ਅਮਰਿੰਦਰ ਸਿੰਘ ਨੇ ਉਹ ਬਿਆਨ ਦਿੰਦੇ ਨੇ ਕਿ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਹੈ ਇਹ ਲੇਟ ਹੋ ਗਿਆ। 3 ਸਾਲ ਜਿਹੜੇ ਓਪੋਜੀਸ਼ਨ ਪਾਰਟੀ ਤੁਸੀਂ ਵੀ ਸਵਾਲ ਉੱਠੇ ਨੇ ਉਹ ਚੁੱਕੇ ਨੇ, ਅਤੇ ਅਕਾਲੀ ਦਲ ਵੀ ਚੁੱਕ ਰਿਹਾ ਕਿ 3 ਸਾਲ ਕਿੱਥੇ ਸੀਗੇ, ਅੱਜ ਕਰੋਨਾ ਵਾਇਰਸ 20 ਦਿਨ ਤੋਂ ਆਇਆ, ਲੇਕਿਨ ਇਹ ਕਿਉਂ ਡਿਲੇਅ ਕਿਉਂ ਕੀਤਾ? ਕਿਉਂਕਿ ਲੋਕਾਂ ਨੇ ਵਾਅਦੇ ਕੀਤੇ ਸੀ। ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਗਲਤੀ ਨਹੀਂ, ਇਹਦੇ 'ਚ ਤੁਹਾਡੀ ਗਲਤੀ ਹੈ, ਤੁਹਾਡੇ ਸੁਣਨ ਦੇ ਵਿੱਚ ਗਲਤੀ ਹੈ। ਉਹਨਾਂ ਨੇ ਕਰੋਨਾ ਵਾਇਰਸ ਨਹੀਂ ਕਿਹਾ ਸੀਗਾ, ਉਹਨਾਂ ਨੇ ਕਿਹਾ ਸੀ ਕਰੋਨਾ ਵਾਇਰਸ, ਵੀ ਕਿਸੇ ਦਾ ਕੱਖ ਨਾ ਕਰੋ ਕਿਸੇ ਦਾ। ਲੇਕਿਨ ਮੀਡੀਆ ਦੇ ਵਿੱਚ ਇਹੀ ਚੱਲਿਆ ਕਿ ਕਰੋਨਾ ਵਾਇਰਸ ਨੂੰ ਲੈ ਕੇ ਉਹਨਾਂ ਨੇ ਆਪਣੀ ਜਿਹੜੀ ਦਲੀਲ ਪੇਸ਼ ਕੀਤੀ। ਯਾਰ ਪਾਣੀ 'ਚ ਮਧਾਣੀ ਹੈ, ਜਿੰਨੀ ਮਰਜ਼ੀ ਪਾਈ ਚੱਲੇ, ਇਹਨਾਂ ਨੇ ਡੱਕਾ ਨਹੀਂ ਤੋੜਨਾ ਹੈਗਾ ਕਿਸੇ। ਸੋ ਖਰਾਬੀ ਰੱਖਿਆ ਨਾ ਸਰਕਾਰਾਂ ਨਿਜ਼ਾਮਾਂ ਨੇ ਪੰਜਾਬ ਦਾ ਨੂੰ ਇੱਕ ਅਜਿਹੀ ਧਰਤੀ ਬਣਾ ਕੇ ਰੱਖ ਦਿੱਤਾ ਕਿ ਜਿੱਥੋਂ ਹਰ ਕੋਈ ਅੱਜ ਦੀ ਤਾਰੀਖ ਦੇ ਵਿੱਚ ਭੱਜਣਾ ਚਾਹੁੰਦਾ ਹੈ, ਬਾਹਰਲੇ ਮੁਲਕਾਂ 'ਚ ਜਾਣਾ ਚਾਹੁੰਦਾ ਹੈ। ਸਾਨੂੰ ਇੰਨੀ ਕੁ ਤਾਕਤ ਦਾ ਸਮਰੱਥ ਬਖਸ਼ੋ ਕਿ ਅਸੀਂ ਇਸ ਪੰਜਾਬ ਨੂੰ ਮੁੜ ਕੇ ਦੁਬਾਰਾ ਖੁਸ਼ਹਾਲ, ਸੁਨਹਿਰੀ ਅਤੇ ਇੱਕ ਰਹਿਣ ਜੋਗਾ ਇੱਕ ਵਧੀਆ ਸਮਾਜ ਹੈ ਜਿਹੜਾ ਦੁਬਾਰਾ ਮੁੜ ਕੇ ਪੁਰਾਣਾ ਪੰਜਾਬ ਹੈ ਉਹ ਬਣਾ ਸਕੀਏ, ਇਹ ਅਸ਼ੀਰਵਾਦ ਲੈਣ ਦੇ ਲਈ ਚਾਹੁੰਦਾ। ਦੇਖੋ ਬਿਲਕੁਲ ਠੀਕ ਹੈ, ਕਿਉਂਕਿ ਕਾਰਗੁਜ਼ਾਰੀ ਇਸ ਕਰਕੇ ਨਹੀਂ ਹੈਗੀ ਕਿਉਂਕਿ ਦੋਵੇਂ ਧਿਰਾਂ, ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ, ਉਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਬਣ ਚੁੱਕੇ। ਜੋ 10 ਸਾਲ ਪਹਿਲਾਂ ਲੁੱਟ ਪਸੁੱਟ ਦਾ ਦੌਰ ਚੱਲਦਾ ਰਿਹਾ ਉਹੀ ਹੁਣ ਚੱਲ ਰਿਹਾ। ਸੋ ਇਸ ਕਰਕੇ ਇਹ ਐਕਚੁਲੀ ਹੋਇਆ ਕੀ ਆ, ਹੁਣ ਕੈਪਟਨ ਅਮਰਿੰਦਰ ਸਿੰਘ ਜੀ ਨੇ ਤਾਂ ਕਹਿ ਦਿੱਤਾ ਕਿ ਮੈਂ ਇਸ ਤੋਂ ਮਗਰੋਂ ਰਿਟਾਇਰ ਹੋ ਜਾਣਾ। ਉਹ ਬੇਸਿਕਲੀ ਇਕੱਲੇ ਆਪ ਨਹੀਂ ਹੋ ਰਹੇ ਹੈਗੇ, ਉਹ ਨਾਲ ਜਬਰੀ ਰਿਟਾਇਰ ਨਾਲ ਦੇ ਬਾਕੀ ਸਾਰੇ ਕਾਂਗਰਸ ਦੇ MLA ਨੂੰ ਵੀ ਕਰਨਾ ਚਾਹੁੰਦੇ ਨੇ, ਮੁੜ ਕੇ ਕੋਈ ਜਿੱਤੀ ਨਾ ਸਕੇ। ਸੋ ਇਸ ਕਰਕੇ ਇਹ ਜਿਹੜੀ ਰਿਜੈਂਟਮੈਂਟ ਹੈ ਇਹ ਕਾਂਗਰਸ ਦੇ MLA ਦੇ ਚੋਣੀ ਸ਼ੁਰੂ ਹੋ ਗਈ ਕਿ ਸਾਡਾ ਕਿਉਂ ਭੋਗ ਪਾਉਣ ਲੱਗੇ ਹੋ, ਇਸ ਕਰਕੇ ਉਹ ਤਲਖੀ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ ਕਾਂਗਰਸ ਦੇ ਵਿੱਚ। ਬਜਟ ਇੱਕ ਬਿਲਕੁਲ ਫਜ਼ੂਲ, ਨਕਾਰਾਤਮਕ, ਨੈਗੇਟਿਵ ਅਪਰੋਚ ਅਤੇ ਨੈਗੇਟਿਵ ਗਰੋਥ ਵਾਲਾ ਬਜਟ ਹੈ। ਸਿਰਫ ਔਰ ਸਿਰਫ ਅੰਕੜਿਆਂ ਦੀ ਜਾਦੂਗਰੀ ਕੀਤੀ ਗਈ ਹੈ, ਹੋਰ ਇਸ 'ਚ ਕੱਖ ਨਹੀਂ ਹੈਗਾ। ਮਨਪ੍ਰੀਤ ਸਿੰਘ ਬਾਦਲ, ਜਦੋਂ ਮੈਂ ਸਵਾਲ ਕੀਤਾ ਬਜਟ ਡਿਸਕਸ਼ਨ ਦੇ ਉੱਪਰ ਕਿ ਤੁਸੀਂ ਆਪਦੇ ਬਜਟ ਦੇ ਵਿੱਚ ਮੰਨਿਓ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਕਿ ਬਜਟ ਹੈ ਜਿਹੜਾ ਉਹ ਪੰਜਾਬ ਦਾ 1,95,000 ਕਰੋੜ ਦੇ ਵਿੱਚ 17-18 ਤੋਂ ਵੱਧ ਕੇ 2,92,000 ਕਰੋੜ ਹੋ ਜਾਣਾ ਇੱਕ ਸਾਲ ਦੇ ਵਿੱਚ। ਜੇ ਤੁਸੀਂ 97,000 ਕਰੋੜ ਕਰਜ਼ਾ ਚੜ੍ਹਾ ਰਹੇ ਹੋ ਤਾਂ ਕਿਵੇਂ ਮੰਨ ਲਈਏ ਪੰਜਾਬ ਤਰੱਕੀਆਂ 'ਤੇ ਹੈ? ਸੋ ਬਹੁਤ ਨਿਘਾਰ ਵੱਲ ਜਾ ਰਹੇ ਹਾਂ। ਔਰ ਉਦੋਂ ਕੀ ਕਰਾਂਗੇ ਜਦੋਂ June 22 ਦੇ ਵਿੱਚ GST ਕੰਪਨਸੇਸ਼ਨ 14% ਸੈਂਟਰ ਨੇ ਬੰਦ ਕਰ ਦਿੱਤਾ, ਪਰ ਉਸ ਪਾਸੇ ਕਿਸੇ ਦਾ ਖਿਆਲ ਨਹੀਂ ਹੈ, ਸਿਰਫ ਔਰ ਸਿਰਫ ਲੁੱਟ ਘਸੁੱਟ ਅਤੇ ਮਾਫੀਆ ਜ਼ਰੀਏ ਆਪਦਾ ਘਰ ਭਰ ਲੱਗੇ ਹੋਏ। ਸਰ, ਪੰਜਾਬ 'ਚ ਜੇ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦੇ ਕਿਹੜੇ ਮੁੱਦੇ ਰਹਿਣਗੇ? ਦੇਖੋ, ਮੁੱਦੇ ਲੋਕਾਂ ਦੇ ਮੁੱਦੇ ਨੇ ਜੀ, ਚਾਹੇ ਉਹ ਕਿਸਾਨੀ ਦਾ ਮੁੱਦਾ ਹੈ। ਹਰ ਸਾਲ ਹਰ ਰੋਜ਼ ਕਿਸਾਨ ਹੈ ਜਿਹੜਾ ਉਹ 2-3 ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜੀ। ਨੌਜਵਾਨਾਂ ਦੇ ਹੱਥਾਂ ਦੇ ਵਿੱਚ ਰੋਜ਼ਗਾਰ ਦੀ ਥਾਂ, ਉਹਨਾਂ ਨੂੰ ਘਰੇ ਹੋਮ ਡਿਲੀਵਰੀਆਂ ਚਿੱਟੇ ਦੀਆਂ ਹੋ ਰਹੀਆਂ ਨੇ ਜੀ। ਪੰਜਾਬ ਦਾ ਨੌਜਵਾਨ ਹੈ ਬਾਹਰ ਜਾ ਰਿਹਾ, ਪੰਜਾਬ ਦੇ ਸਿਰ ਮਨਪ੍ਰੀਤ ਸਿੰਘ ਬਾਦਲ ਜੀ ਆਪ ਮੰਨੇ ਨੇ ਕਿ 22-23 ਦੇ ਵਿੱਚ 2,92,000 ਕਰੋੜ ਕਰਜ਼ਾ ਹੋ ਜੂਗਾ।
ਇੰਡਸਟਰੀ ਜਿਹੜੀ ਇੱਥੋਂ ਬਾਹਰ ਜਾ ਰਹੀ ਹੈ। ਸੋ ਇਹ ਸਾਰੇ ਇਸ਼ੂਜ਼ ਨੇ, ਕਰਪਸ਼ਨ ਸਿਰ ਚੜ੍ਹ ਕੇ ਬੋਲ ਰਹੀ ਹੈ, ਮਾਫੀਆ ਰਾਜ ਸਰਕਾਰ ਨੂੰ ਰਿਪਲੇਸ ਕਰ ਚੁੱਕਿਆ, ਮਾਫੀਆ ਰਾਜ ਚੱਲ ਰਿਹਾ ਹਰੇਕ ਮਹਿਕਮੇ ਦੇ ਵਿੱਚ। ਸੋ ਇਹ ਸਾਰੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਪਰ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਹੀ ਮੁੱਦੇ ਹੋਣਗੇ, ਅਤੇ ਇਹਨਾਂ ਸਾਰਿਆਂ ਦਾ ਇਹੀ ਹੱਲ ਅਸੀਂ 22 ਸਰਕਾਰ ਬਣਨ ਤੋਂ ਮਗਰੋਂ ਕਰਨੇ ਨੇ। ਸਰ ਏਕਾ ਕਿਸ ਤਰ੍ਹਾਂ ਦਾ ਰਹੂਗਾ ਜੀ, ਜਿਸ ਤਰ੍ਹਾਂ ਪਿਛਲੀ ਵਾਰ ਹੋਇਆ ਏਕਾ, ਅੱਗੇ ਵੀ ਆਉਣ ਦੀ ਆਸ ਹੈ ਕਿ ਆ ਕੇ ਰਹੂਗਾ? ਦੇਖੋ ਏਕਾ ਬਿਲਕੁਲ ਪਹਿਲਾਂ ਵੀ ਸੀਗਾ, ਹੁਣ ਵੀ ਹੈਗਾ ਸੀ, ਕਿਉਂਕਿ ਜਦੋਂ ਨਵਾਂ ਘਰ ਵੱਜਦਾ ਹੁੰਦਾ ਜੀ ਉਦੋਂ ਕਈ ਵਾਰੀ ਇਸ ਦੇ ਵਿੱਚ ਅਜਿਹੇ ਲੋਕ, ਅਜਿਹੇ ਵਿਅਕਤੀ ਆ ਜਾਂਦੇ ਨੇ ਜਿਨ੍ਹਾਂ ਜਿਹੜੇ ਆਪਦਾ ਹਿੱਤ ਹੈ ਜੀ ਉਹ ਪਾਰਟੀ ਦੇ ਔਰ ਪੰਜਾਬ ਦੇ ਹਿੱਤਾਂ ਨਾਲੋਂ ਵੱਡਾ ਸਮਝ ਲੈਂਦੇ ਨੇ, ਜਿਹੜਾ ਕਿ ਗਲਤ ਹੁੰਦਾ ਜੀ। ਮੈਂ ਸਮਝਦਾ ਕਿ ਉਹ ਲੋਕ ਨੇ ਜਿਹੜੇ ਹੁਣ ਆਪੇ ਉਰਾ ਪਰਾਂ ਹੋ ਗਏ ਨੇ, ਹੁਣ ਜਿਹੜੇ ਪੰਜਾਬ ਅਤੇ ਪਾਰਟੀ ਦੇ ਹਿਤੈਸ਼ੀ ਲੋਕ ਨੇ ਹੁਣ ਉਹੀ ਪਾਰਟੀ ਦੇ ਵਿੱਚ ਨੇ, ਅਤੇ ਉਹਨਾਂ ਦੇ ਨਾਲ ਹੀ ਅੱਗੇ ਪੰਜਾਬ ਨੂੰ ਅਸੀਂ ਦੁਬਾਰਾ ਲੀਹ 'ਤੇ ਚੜ੍ਹਾਵਾਂਗੇ। ਸਰ ਜਰਨੈਲ ਸਿੰਘ ਦੀ ਪ੍ਰਧਾਨਗੀ ਪੰਜਾਬੀ ਲੋਕ ਸਵੀਕਾਰਨਗੇ ਪੱਕਾ? ਨਹੀਂ, ਕਿਉਂ ਨਹੀਂ ਸਵੀਕਾਰਨਗੇ ਜੀ, ਸਮਝਾਓ ਮੈਨੂੰ ਕੋਈ ਕੀ। ਤੁਸੀਂ ਪਹਿਲਾਂ ਪਹਿਲਾਂ ਹੀ ਆਪਾਂ ਕੁਐਸਚਨ ਮਾਰਕ ਲਗਾ ਦਿੰਦੇ ਹਾਂ ਉਹਨਾਂ ਦੀ, ਨੰਬਰ ਇੱਕ ਤਾਂ ਪ੍ਰਧਾਨ ਨਹੀਂ ਬਣੇ ਹੈਗੇ, ਪ੍ਰਧਾਨ ਭਗਵੰਤ ਮਾਨ ਹੀ ਨੇ ਜੀ, ਉਹ ਸਾਡੀ ਇੱਕ ਨੈਸ਼ਨਲ ਪਾਰਟੀ ਹੈ। ਜੇ ਨੈਸ਼ਨਲ ਪਾਰਟੀਆਂ ਦੇ ਕਾਂਗਰਸ ਦੇ ਲੋਕ ਕਾਂਗਰਸ ਦੇ ਅਬਜ਼ਰਵਰਾਂ ਨੂੰ ਇੰਚਾਰਜਾਂ ਨੂੰ ਮੰਨ ਸਕਦੇ ਨੇ, ਉਹਨਾਂ ਨੂੰ ਸਵੀਕਾਰ ਸਕਦੇ ਨੇ, ਬੀਜੇਪੀ ਦੇ ਇੰਚਾਰਜਾਂ ਨੂੰ ਸਵੀਕਾਰ ਕਰ ਸਕਦੇ ਨੇ, ਅਤੇ ਸਾਡੇ ਵਾਲਿਆਂ ਨੂੰ ਕੀ ਐਲਰਜੀ, ਸਾਡੇ ਵਾਲਿਆਂ ਤੋਂ ਕੀ ਐਲਰਜੀ ਹੋਊਗੀ, ਸਮਝਾਓ ਮੈਨੂੰ। ਸੋ ਇਸ ਕਰਕੇ ਇਹ ਤੁਸੀਂ ਮੇਰੀ ਤੁਹਾਨੂੰ ਮੀਡੀਆ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਜਿਹੜੇ ਇੱਕ ਬਿਨਾਂ ਗੱਲ ਦੇ ਸਵਾਲੀਏ ਨਿਸ਼ਾਨ ਆਮ ਆਦਮੀ ਪਾਰਟੀ ਦੇ ਉੱਪਰ ਲਾਈ ਜਾਣੇ ਜੀ, ਇਹ ਜਾਇਜ਼ ਨਹੀਂ ਹੈਗੇ, ਇਹ ਤੁਸੀਂ ਧੱਕਾ ਨਾ ਸਕਦੇ। ਸਰ ਪਿਆਰਾ ਸਵਾਲ ਹੈ ਜੀ, ਕੀ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਵਾਕਿਆ ਹੀ ਕੋਈ ਬਦਲ ਮਿਲੂਗਾ? 100% ਦੇਖੋ, ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਜੀ, ਬਦਲ ਅਸੀਂ ਉਦੋਂ ਹੀ ਦੇ ਸਕਾਂਗੇ ਜਦੋਂ ਸਾਨੂੰ ਬਦਲ ਲੈ ਕੇ ਆਉਣ ਜੋਗਾ ਲੋਕ ਕਰ ਦੇਣਗੇ ਜੀ। ਜਿੱਦੇ ਲਿਆਏ ਉਹਦੇ ਦਰਬਾਰ ਸਾਹਿਬ ਦੇ ਵਿੱਚ ਖੜ੍ਹੇ ਹਾਂ, ਸਭ ਤੋਂ ਮੁਕੱਦਸ ਅਤੇ ਪਵਿੱਤਰ ਜਗ੍ਹਾ ਦੇ ਵਿੱਚ ਖੜ੍ਹੇ ਹਾਂ, ਉਹਦੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਅੱਜ ਕਿ ਜਿੱਦੇ ਸਾਨੂੰ ਲੋਕਾਂ ਨੇ ਸੱਤਾ ਸੰਭਾਤੀ, ਉਦੇ ਉਹ ਆਪ ਮਹਿਸੂਸ ਕਰਨਗੇ ਕਿ ਕਿਵੇਂ ਜਿਹੜੇ ਲੁੱਟ ਘਸੁੱਟ ਦੇ ਨਿਜ਼ਾਮ ਨੇ ਉਹ ਬਦਲੇ ਨੇ, ਅਤੇ ਲੋਕਾਂ ਦੀ ਸਰਕਾਰ ਲੋਕਾਂ ਲਈ ਕਿਵੇਂ ਕੰਮ ਕਰਦੀ ਹੁੰਦੀ ਹੈ ਅਸੀਂ ਦੱਸ ਦਾਂਗੇ। ਧੰਨਵਾਦ ਸਰ, ਮਿਹਰਬਾਨੀ।